ਹੈਲੋ ਫਰੈਂਡ, ਸਤਿ ਸ਼੍ਰੀ ਅਕਾਲ, ਨਮਸਤੇ, ਅਸਲਾਮ ਵਾਲੇਕੁਮ। ਹੋਰ ਕਿੱਦਾਂ ਜੀ ਸਾਰੇ? ਅੱਜ ਬੜਾ ਸੁਹਾਣਾ ਜਿਹਾ ਮੌਸਮ ਹੈ ਜੀ, ਮੀਂਹ ਪੈ ਕੇ ਹਟਿਆ ਅਤੇ ਹਰਿਆਲੀ ਦੇ ਵਿੱਚ ਮੈਂ ਬੈਠੀ ਹੋਈ ਹਾਂ ਅਤੇ ਮੈਂ ਤਾਂ ਜੇ ਤੁਹਾਡੇ ਲਈ ਬੜੀ ਘੈਂਟ ਜੀ ਗੱਲਬਾਤ ਹੋ ਜੇ। ਕਹਿੰਦਾ ਇਸ਼ਕ ਇਸ਼ਕ ਤਾਂ ਸਾਰੇ ਕਹਿੰਦੇ, ਇਸ਼ਕ ਇਸ਼ਕ ਤਾਂ ਸਾਰੇ ਕਹਿੰਦੇ, ਬੜੀ ਦੂਰ ਇਸ਼ਕ ਦਾ ਡੇਰਾ, ਸੱਚੇ ਦਿਲੋਂ ਪਿਆਰ ਜੋ ਕਰੀਏ। ਕਹਿੰਦਾ ਸੱਚੇ ਦਿਲੋਂ ਪਿਆਰ ਜੋ ਕਰੀਏ ਤਾਂ ਇੱਕੋ ਹੀ ਯਾਰ ਬਥੇਰਾ, ਤਾਂ ਇਸ ਕਰਕੇ ਫਿਰ ਇੱਕੋ ਹੀ ਯਾਰ ਬਥੇਰਾ, ਅਤੇ ਯਾਰੀ ਕਿਹਦੇ ਨਾਲ ਲਾਉਣੀ ਹੈ ਤਾਂ ਹੁਣ ਤੁਹਾਨੂੰ ਹੀ ਪਤਾ। ਕੀ ਮਾਣ ਸਰੀਰਾਂ ਦਾ, ਕਹਿੰਦਾ ਕੀ ਮਾਣ ਸਰੀਰਾਂ ਦਾ ਜਾਂ ਰੇਸ਼ਮੀ ਲੀਰਾਂ ਦਾ, ਜ਼ਿੰਦਗੀ ਦੀਆਂ ਗੱਲਾਂ ਨੇ ਸੁਣਿਓ, ਜ਼ਿੰਦਗੀ ਦੀਆਂ ਗੱਲਾਂ ਨੇ, ਜ਼ਿੰਦਗੀ ਨਾਲ ਮੁੱਕ ਜਾਣੀਆਂ, ਤੈਨੂੰ ਸਭ ਕੁਛ ਭੁੱਲ ਜਾਣਾ। ਕਹਿੰਦਾ ਤੈਨੂੰ ਸਭ ਕੁਛ ਭੁੱਲ ਜਾਣਾ ਜਦ ਨਬਜ਼ਾਂ ਰੁਕ ਜਾਣੀਆਂ। ਇਹ ਨਬਜ਼ ਹੁੰਦੀ ਹੈ, ਜਿੱਦਣ ਇਹ ਰੁਕ ਗਈ ਤਾਂ ਤਾਣਾ ਬਾਣਾ ਹੀ ਰੁਕ ਜਾਣਾ। ਇਸ ਕਰਕੇ 4 ਦਿਨਾਂ ਦਾ ਮੇਲਾ ਜ਼ਿੰਦਗੀ, ਹੱਸ ਖੇਡ ਕੇ ਗੁਜ਼ਾਰ ਲਓ। ਕੀ ਰੱਖਿਆ ਐਵੇਂ ਵੈਰ ਵਿਰੋਧ ਕਰਕੇ, ਨਫ਼ਰਤ ਕਰਕੇ, ਪਿਆਰ ਨਾਲ ਜ਼ਿੰਦਗੀ ਜਿਉਣਾ ਸਿੱਖਿਆ ਕਰੋ। ਜਿਵੇਂ ਪਿੰਕੀ ਦੀ ਹਮੇਸ਼ਾ ਇੱਕ ਆਦਤ ਹੁੰਦੀ ਹੈ, ਖੁਸ਼ ਰਹੋ, ਆਬਾਦ ਰਹੋ। ਦੋਸਤੋ, ਤੁਹਾਨੂੰ ਪਤਾ ਹੀ ਹੈ ਪਿੰਕੀ ਕਿਹਨੂੰ ਸਪੋਰਟ ਕਰਦੀ ਹੈ ਅਤੇ ਕਾਹਦੇ ਲਈ ਸਪੋਰਟ ਕਰਦੀ ਹੈ, ਪੋਜ਼ਿਟਿਵਿਟੀਨੈਸ ਨੂੰ। ਐਚ ਕੇ ਆਰ ਮੀਨਸ ਹਮੇਸ਼ਾ ਖੁਸ਼ ਰਹੋ, ਕਾਮਯਾਬ ਰਹੋ ਅਤੇ ਆਬਾਦ ਰਹੋ। ਦੋਸਤੋ, ਐਸੀ ਗੱਲਬਾਤ ਨਾਲ ਤੁਸੀਂ ਮੈਨੂੰ ਬਹੁਤ ਪਿਆਰ ਦਿੰਦੇ ਹੋ, ਰੀਲੀ ਗਾਇਸ ਲਵ ਯੂ ਲੋਟ। ਫਿਰ ਹਰਿਆਲੀ ਦੇ ਵਿੱਚ ਘੈਂਟ ਜੀ ਗੱਲਬਾਤ ਹੋ ਜਾਵੇ। ਦੇਖੋ ਜੀ ਮੌਸਮ, ਵਾਹ, ਕਹਿੰਦਾ ਰੱਬ ਵੀ ਮਿਹਰਬਾਨ ਹੋਇਆ ਅੱਜ ਤਾਂ ਸਾਰਿਆਂ 'ਤੇ, ਅਤੇ ਪਿੰਕੀ ਦਾ ਤਾਂ ਖਾਸ ਕਰ ਰਹਿੰਦੇ ਹੀ ਰਹਿੰਦਾ। ਸੋ ਕੀਪ ਸਪੋਰਟਿੰਗ ਯੂਰ ਪਿੰਕੀ ਸੰਦੇਸ਼, ਪਿੰਕੀ ਮੋਗਿਆਲੀ, ਤੁਹਾਡੇ ਸਭ ਦਾ ਰੱਬ ਰੱਖਾ ਜੀ। ਅੱਲਾ ਹਾਫਿਜ਼ ਦੋਸਤ, ਬਾਏ, ਥੈਂਕ ਯੂ।